ਕਿਤਾਬ ਵਿਪਰਨ ਕੀ ਰੀਤ ਤੁ ਸੱਚ ਦਾ ਮਾਰਗ ਭਾਗ 6ਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 6ਵੇਂ ਕਾਂਡ ਦਾ 8ਵਾਂ ਭਾਗ ਹਲਤਪਾਲਤ ਪਰਲੋਕ ਅਗਲਾ ਘਰ ਪ੍ਰਭੂ ਦਾ ਦਰ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਫਰਮਾ ਦਿੱਤਾ ਸੀ ਅਗੰਮ ਅਗੰਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਇਸ ਜਗਤ ਪਸਾਰੇ ਵਿੱਚ ਬੇਅੰਤ ਲੋਕ ਹਨ ਜਿਨ੍ਹਾਂ ਤੱਕ ਅਜੋਕੇ ਅਗਾਹ ਵਦੂ ਵਿਗਿਆਨਕ ਜੋਗ ਵਿੱਚ ਵੀ ਮਨੁੱਖ ਦੀ ਪਹੁੰਚ ਨਹੀਂ ਹੋ ਸਕੀ ਪਰ ਬਗਦਾਦ ਵਿਖੇ ਸਤਗੁਰਾਂ ਨੇ ਜੋ ਸਾਖਾ ਵਰਤਾਇਆ ਸੀ ਉਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਕੀਤਾ ਹੈ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾਗ ਨਿਵਾਜ਼ ਕਰ ਸੋਨ ਸਮਾਨ ਹੋਵਾ ਜਹਾਨਾ ਸੋਨ ਮੋਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ ਵੇਖੈ ਧਿਆਨ ਲਗਾਏ ਘਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕੇ ਦਸਤਗੀਰ ਕੌਣ ਫਕੀਰ ਕਿਸ ਕਾ ਕਰਿਆਨਾ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ ਧਰਤ ਆਕਾਸ਼ ਚਹੂ ਦਿਸ ਜਾਨਾ ਪੁਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ ਇਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਪਾਤਾਲ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ ਫੇਰ ਦੁਰਾਇਨ ਦਸਤ ਗੀਰ ਅਸਾਂ ਵੀ ਵੇਖਾਂ ਜੋ ਤੋਹੇ ਪਾਈ ਨਾਲ ਲੀਤਾ ਬੇਟਾ ਪੀਰ ਕਾ ਅੱਖੀ ਮੀਟ ਗਿਆ ਹਵਾਈ ਲੱਖ ਆਕਾਸ਼ ਪਾਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ ਭਰ ਕਚਰੌਲ ਪ੍ਰਸ਼ਾਦ ਦਾ ਧਰੋਂ ਪਤਾਲੋਂ ਲਈ ਕੜਾਈ ਜ਼ਾਹਰ ਕਲਾ ਨਾ ਸ਼ਫੇਸ਼ ਪਾਈ ਭਾਈ ਗੁਰਦਾਸ ਜੀ ਭਾਈ ਰਣਧੀਰ ਸਿੰਘ ਦਾ ਆਪਣੀ ਪੁਸਤਕ ਵਿੱਚ ਇਹ ਲਿਖਣਾ ਸੱਚ ਨਹੀਂ ਹੈ ਕਿ ਪੱਛਮੀ ਪੜ੍ਹਾਈ ਦੇ ਅਸਰ ਅਧੀਨ ਲੋਕ ਕਿਸੇ ਅਦ੍ਰਿਸ਼ਟ ਦੁਨੀਆ ਦੀ ਹੋਂਦ ਨੂੰ ਨਹੀਂ ਮੰਨਦੇ ਦ੍ਰਿਸ਼ਟਮਾਨ ਸੂਰਜ ਕੇਵਲ ਇੱਕ ਹੈ ਪਰ ਪੱਛਮੀ ਵਿਗਿਆਨਕ ਮੰਨ ਚੁੱਕਾ ਹੈ ਕਿ ਇਸ ਅਥਾ ਕਾਇਨਾਤ ਵਿੱਚ ਅਣਗਿਣਤ ਸੂਰਜ ਪਰਿਵਾਰ ਹਨ ਜਿਵੇਂ ਦੇਖਦੇ ਸੂਰਜ ਦੇ ਦਿਵਾਲੇ ਅਸੀਂ ਚੰ드ਰਮਾ ਸਮੇਤ ਬੇਗਿਣਤ ਤਾਰੇ ਵੇਖਦੇ ਹਾਂ ਅਜੇ ਹੀ ਤਾਰਾ ਮੰਡਲ ਵਾਲੇ ਸੂਰਜਾਂ ਦੀ ਗਿਣਤੀ ਨਹੀਂ ਹੋ ਸਕਦੀ ਸ਼ਕਤੀਸ਼ਾਲੀ ਦੂਰਬੀਨਾ ਅਤੇ ਕੰਪਿਊਟਰਾਂ ਦੀ ਸਹਾਇਤਾ ਨਾਲ 2 ਕਰੋੜ ਤੋਂ ਵੱਧ ਸੂਰਜ ਗਿਣੇ ਜਾ ਚੁੱਕੇ ਹਨ ਪਰ ਅਜੇ ਜ਼ਰਾ ਜਿੰਨੀ ਵੀ ਟੋ ਨਹੀਂ ਲੱਗੀ ਕਿ ਕਿੰਨੇ ਕੁ ਸੂਰਜ ਮੰਡਲ ਹੋਰ ਹਨ ਵਿਗਿਆਨਕਾਂ ਦਾ ਕਥਨ ਹੈ ਕਿ ਇਸ ਸਾਰੇ ਸੰਸਾਰ ਪਸਾਰੇ ਵਿੱਚ ਸਾਡੀ ਇਸ ਧਰਤੀ ਦਾ ਵजूद ਏਡਾ ਕੁ ਹੈ ਜਿਨਾਂ ਸਾਰੇ ਸਮੁੰਦਰ ਦੀ ਰੇਤ ਵਿੱਚ ਰੇਤ ਦੇ ਇੱਕ ਕਿਣਕੇ ਦਾ ਹੈ ਪਰ ਮਿੰਤੀ ਦੀ ਆਖਰੀ ਹੱਦ ਮੰਨ ਲੈਣੀ ਵੀ ਕੁਫਰ ਸਮਝਿਆ ਗਿਆ ਹੈ ਸੱਚੇ ਅਤੇ ਸੰਪੂਰਨ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸਾਰੇ ਸੰਸਾਰ ਦੇ ਵਿਗਿਆਨੀਆਂ ਦੇ ਸਿਰ ਚੜ੍ਹ ਕੇ ਪੁਕਾਰਨ ਲੱਗ ਪਿਆ ਹੈ ਕਿ ਸੰਸਾਰ ਪਸਾਰਾ ਅਪਾਰ ਅਥਾ ਅਗਮ ਹੈ ਇਸ ਸਾਰੇ ਬਿਆੰਤ ਪਸਾਰੇ ਵਿੱਚ ਸਾਡੀ ਧਰਤੀ ਦੀ ਵਸੋਂ ਵਰਗੀਆਂ ਹੋਰ ਕਿੰਨੀਆਂ ਧਰਤੀਆਂ ਹਨ ਉਹਨਾਂ ਉੱਤੇ ਮਨੁੱਖਾਂ ਤੋਂ ਛੁੱਟ ਹੋਰ ਕਿੰਨੇ ਪ੍ਰਕਾਰ ਦੀਆਂ ਜੂਨਾਂ ਦੇ ਪਸ਼ੂ ਪੰਖੀ ਹਨ ਇਸ ਬਾਰੇ ਕੋਈ ਟੋਲ ਆ ਲੈਣ ਦੀ ਗੱਲ ਕਰਨੀ ਮੂਰਖਾਂ ਵਾਲੀ ਫੜ ਹੋਵੇਗੀ ਇਹ ਸੰਸਾਰ ਜਿੱਡਾ ਵੱਡਾ ਸਮਝਿਆ ਜਾਂਦਾ ਹੈ ਜਾਂ ਅੱਗੇ ਲੈ ਵੀ ਇਸ ਨੂੰ ਜਿੱਡਾ ਵੱਡਾ ਸਮਝਿਆ ਜਾਵੇਗਾ ਉਸ ਤੋਂ ਵੀ ਕਿਤੇ ਵੱਡਾ ਬਣਿਆ ਰਹੇਗਾ ਇਸ ਜਗਤ ਖੇਡ ਦਾ ਇਹ ਅਦਭੁਤ ਤਮਾਸ਼ਾ ਸੋ ਇਹ ਕਹਿਣਾ ਗੁਰਮਤ ਨਹੀਂ ਹੈ ਕਿ ਇਸ ਧਰਤੀ ਵਰਗੀ ਦੁਨੀਆ ਹੋਰ ਕਿਤੇ ਨਹੀਂ ਵਸਦੀ ਅਸੀਂ ਗੱਲ ਕੇਵਲ ਉਸ ਪਰਲੋਕ ਦੀ ਕਰ ਰਹੇ ਹਾਂ ਜਿਸ ਦਾ ਭਰਮ ਬਿਪਰਜੀ ਨੇ ਬਣਾਇਆ ਹੋਇਆ ਹੈ ਜੇ ਅਜਿਹੇ ਲੋਕ ਪਰਲੋਕ ਸੁਹਿਰਦਤਾ ਵਾਲੀ ਸਿਆਣਪ ਦੀ ਉਪਜ ਹੁੰਦੇ ਤਾਂ ਇਹਨਾਂ ਤੋਂ ਇਨਕਾਰ ਕਰਨਾ ਮੁਸ਼ਕਲ ਬਣ ਸਕਦਾ ਸੀ ਪਰ ਬ੍ਰਾਹਮਣੀ ਗ੍ਰੰਥਾਂ ਵਿੱਚ ਜਿੰਨੇ ਵੀ ਲੋਕਾਂ ਦਾ ਸ਼ਿਕਾਰ ਬਣਾਇਆ ਗਿਆ ਆਸਾ ਜੀ ਕੀ ਵਾਰ ਵਿੱਚ ਅਜਹੀ ਭਿਆਨਕ ਲੁੱਟ ਨੂੰ ਬੰਦ ਕਰਨ ਦਾ ਉਪਰਾਲਾ ਹੈ ਜੇ ਮਹੌਕਾ ਕਰਮੋ ਹੈ ਕਰਮ ਪੁੱਤਰੀ ਦੇ ਅੱਗੇ ਵਸਤ ਸਿਆਣੀਆਂ ਪਿੱਤਰੀ ਚੋਰ ਕਰੇ ਵੱਡੀਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਪੰਨਾ 472 ਪੁਸਤਕ ਦੇ ਪਹਿਲੇ ਭਾਗ ਵਿੱਚ ਵਿਪਰੀ ਲੁੱਟ ਚੋਂਗ ਦਾ ਜ਼ਿਕਰ ਪੂਰੇ ਵਿਸਥਾਰ ਨਾਲ ਲਿਖਿਆ ਜਾ ਚੁੱਕਾ ਹੈ ਜਿਨ੍ਹਾਂ ਪਾਠਕਾਂ ਨੇ ਪੁਸਤਕ ਦਾ ਪਹਿਲਾ ਭਾਗ ਧਿਆਨ ਨਾਲ ਨਹੀਂ ਵਿਚਾਰਿਆ ਉਹਨਾਂ ਲਈ ਇਹ ਲੇਖ ਸਮਝਣਾ ਔਖਾ ਹੋ ਸਕਦਾ ਹੈ ਦੇਵੀ ਦੇਵਤਿਆਂ ਦੀ ਉਪਜ ਅਵਤਾਰਾਂ ਦੀ ਉਪਜ ਅਤੇ ਉਹਨਾਂ ਦੀਆਂ ਪੂਰੀਆਂ ਅਤੇ ਲੋਕਾਂ ਦੀ ਉਪਜ ਇਹ ਸਾਰਾ ਵਿਪਰੀ ਮਾਇਆ ਜਾਲ ਹੀ ਹੈ ਮੰਦਰਾਂ ਵਿੱਚ ਸੋਨਾ ਚਾਂਦੀ ਹੀਰੇ ਜ਼ਵਾਹਰਾਤਾਂ ਦੀ ਜਗਮਗਾਹਟ ਸੁੰਦਰੀਆਂ ਦੇ ਚੁਰਮਟ ਕਾਮ ਦੇਵਤਿਆਂ ਦੀ ਪੂਜਾ ਇਹ ਸਾਰਾ ਕੁਝ ਬ੍ਰਾਹਮਣੀ ਲੋਟਨੀਤੀ ਦੀ ਉਪਜ ਭਿਆਨਕ ਮਾਇਆ ਜਾਲ ਸਿੱਧ ਕੀਤਾ ਜਾ ਚੁੱਕਾ ਹੈ ਇਸ ਪੁਸਤਕ ਦੇ ਪਹਿਲੇ ਭਾਗ ਵਿੱਚ ਪਾਠਕਾਂ ਨੇ ਪੜ੍ਹਿਆ ਹੈ ਕਿ ਗੋਲੋਕ ਵਿੱਚ ਕ੍ਰਿਸ਼ਨ ਨੂੰ ਵਿਰਤਾ ਕੁੜੀ ਕਥਤ ਵਿਰਤਾ ਨਦੀ ਜੋ ਮਟਿਆਰ ਸੁੰਦਰੀ ਬਣ ਜਾਇਆ ਕਰਦੀ ਸੀ ਨਾਲ ਖੇ ਖਾਂਦੇ ਨੂੰ ਰਾਧਾ ਨੇ ਸਿਰੋਂ ਆ ਫੜਿਆ ਸੀ ਪਿੱਤਰ ਲੋਕ ਵਿੱਚ ਪਹੁੰਚਾਉਣ ਲਈ ਗਉਆ ਅਤੇ ਸੋਨਾ ਚਾਂਦੀ ਬ੍ਰਾਹਮਣ ਅੱਜ ਵੀ ਲਈ ਜਾ ਰਿਹਾ ਹੈ ਉਸੇ ਲੋਕ ਦੀ ਹਉਮੈ ਦੇ ਭਰਮ ਦਾ ਹੀ ਕਾਰਨ ਹੈ ਕਿ ਅੱਜ ਕਈ ਸਿੱਖ ਮਰੇ ਪ੍ਰਾਣੀ ਨਿਮਿਤ ਬਸਤਰ ਬਿਸਤਰੇ ਭਾਂਡੇ ਆਦ ਪ੍ਰੋਹਦ ਦੇ ਥਾਂ ਹੁਣ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਗ੍ਰੰਥੀਆਂ ਨੂੰ अथवा ਕਮੇਟੀ ਨੂੰ ਭੇਟਾ ਕਰਦੇ ਹਨ ਅਜਿਹਾ ਕੁਝ ਕਰਨ ਲਈ ਲੋਕਾਂ ਨੂੰ ਕੌਣ ਮਜਬੂਰ ਕਰ ਰਿਹਾ ਹੈ ਇਸ ਦਾ ਜ਼ਿੰਮੇਵਾਰ ਕੇਵਲ ਅਤੇ ਕੇਵਲ ਪਿੱਤਰ ਲੋਕ ਅਥਵਾ ਪਰਲੋਕ ਦੀ ਹੋਣ ਦਾ ਵਿਸ਼ਵਾਸ ਹੀ ਤਾਂ ਹੈ ਇਹ ਸਾਰਾ ਕੁਝ ਗੁਰਮਤ ਦੇ ਵਿਰੁੱਧ ਹੋਈ ਜਾਣ ਦੀ ਜ਼ਿੰਮੇਵਾਰੀ ਉਹਨਾਂ ਭੱਦਰ ਲੋਕਾਂ ਦੇ ਸਿਰ ਹੈ ਜਿਹੜੇ ਪਰਲੋਕ ਦੀ ਅਡਰੀ ਹੋਣ ਦਾ ਭਰਮ ਪੱਕਾ ਕਰੀ ਜਾਣ ਲਈ ਪੁਸਤਕਾਂ ਲਿਖ ਰਹੇ ਹਨ ਜਿਵੇਂ ਗਰੁੜ ਪੁਰਾਣ ਦੀ ਬਾਣੀ ਨੇ ਮਰਤਕ ਸੰਸਕਾਰਾਂ ਨੂੰ Hindu ਧਰਮ ਦਾ ਅੰਗ ਬਣਾ ਦਿੱਤਾ ਅਤੇ ਫਿਰ ਜਿਵੇਂ ਦੀ ਲੋਟਰ ਬ੍ਰਾਹਮਣ ਨੇ ਮਚਾ ਲਈ ਉਸ ਦਾ ਜ਼ਿਕਰ ਪਾਠਕਾਂ ਨੇ ਪਿਛਲੇ ਸਫ਼ਿਆਂ ਤੇ ਵਿਸਥਾਰ ਨਾਲ ਪੜ੍ਹ ਲਿਆ ਹੈ। ਉਹੀ ਕੁਝ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਧਰਮ ਦਾ ਅੰਗ ਵੀ ਬਣੀ ਜਾ ਰਿਹਾ ਹੈ। ਦਾੜ੍ਹੀਆਂ ਕੇਸਾਂ ਵਾਲੇ ਬ੍ਰਾਹਮਣ ਤਿਲਕਾਂ ਆਦਿ ਦੇ ਥਾਂ ਆਪਣੀ ਅਸਲੀਅਤ ਨੂੰ ਪੰਜਾਂ ਕਕਾਰਾਂ ਵਿੱਚ ਲੁਕਾਉ ਨੂੰ ਲੁੱਟੀ ਜਾ ਰਹੇ ਹਨ। ਜਿਹੜਾ ਮਨੁੱਖ ਵਿਪਰੀ ਕਲਪਨਾ ਦੀ ਉਪਜ ਪੁਰੀਆਂ ਲੋਕਾਂ ਪਰ ਲੋਕਾਂ ਦੇ ਫੋਕੇ ਹੋਣ ਵਾਲੇ ਝੂਠ ਦੀ ਪੂਜਾ ਕਰਨ ਵਿੱਚ ਵਿਪਰੀਵਾਦ ਦੇ ਸੰਸਕਾਰ ਹਜ਼ਾਰਾਂ ਸਾਲਾਂ ਤੋਂ ਸਾਂਭੀ ਬੈਠਾ ਸੀ ਉਸ ਨੂੰ ਸਤਿਗੁਰਾਂ ਦਾ ਸੱਚ ਬੜਾ ਓਪਰਾ ਲੱਗ ਰਿਹਾ ਸੀ ਅਜੇ ਗੁਰਦੇਵ ਜੀ ਬਾਲ ਉਮਰ ਵਿੱਚ ਹੀ ਸਨ ਕਿ ਪ੍ਰਚਾਰ ਦੇ ਵਿਸ਼ਾਲ ਸਾਧਨਾ ਦਾ ਮਾਲਕ ਬਣੀ ਬੈਠਾ ਬ੍ਰਾਹਮਣ ਗੁਰਮਤਿ ਸਿਧਾਂਤ ਦਾ ਸਭ ਤੋਂ ਵੱਡਾ ਵੈਰੀ ਬਣ ਖਲੋਤਾ ਸੀ ਸੱਚ ਨੂੰ ਸਮਝਾਉਣ ਵਿੱਚ ਬਿਆੰਤ ਔਕੜਾਂ ਆ ਰਹੀਆਂ ਸਨ ਜਿਨ੍ਹਾਂ ਪੁਰੀਆਂ ਦਾ ਜਿਨ੍ਹਾਂ ਲੋਕਾਂ ਆਦ ਦਾ ਜ਼ਿਕਰ ਬ੍ਰਾਹਮਣੀ ਗ੍ਰੰਥਾਂ ਵਿੱਚ ਆ ਚੁੱਕਾ ਸੀ ਉਹਨਾਂ ਦਾ ਜ਼ਿਕਰ ਗੁਰਬਾਣੀ ਵਿੱਚ ਆਉਣਾ ਇੱਕ ਮਜਬੂਰੀ ਸੀ ਇਹ ਸਾਰਾ ਜ਼ਿਕਰ ਮਹਾਪੁਰਖਾਂ ਦੀ ਬੋਲੀ ਹੋਈ ਪਰ ਥਾਏ ਸਾਖੀ ਹੀ ਹੈ ਆਪਣੀ ਗੱਲ ਜੂ ਉਹਨਾਂ ਨੂੰ ਸਮਝਾਉਣੀ ਸੀ ਜਿਹੜੇ ਲੋਕ ਪੁਰੀਆਂ ਤੇ ਲੋਕਾਂ ਵਾਲੀ ਬੋਲੀ ਹੀ ਸਮਝਣ ਗਿੱਝ ਚੁੱਕੇ ਸਨ ਇਹਨਾਂ ਔਕੜਾਂ ਦਾ ਹੀ ਕਾਰਨ ਸੀ ਕਿ ਸਤਗੁਰਾਂ ਨੂੰ Hindu ਸਾਧ ਲਾਣੇ ਵਾਲਾ ਅਤੇ ਮੁਸਲਮਾਨ ਫਕੀਰ ਦੇ ਬਾਣੇ ਵਾਲਾ ਪੇਖ ਵੀ ਧਾਰਨਾ ਪਿਆ ਸੀ ਸਤਗੁਰਾਂ ਨੇ ਆਪਣਾ ਸਿਧਾਂਤ ਗੁਰਬਾਣੀ ਵਿੱਚ ਖੋਲ ਕੇ ਲਿਖਿਆ ਹੈ ਸਤਿਗੁਰੂ ਨਾਨਕ ਸਾਹਿਬ ਜੀ ਦੀ ਹੀ ਮਿਹਰ ਦਾ ਸਦਕਾ ਦਾਸ ਦੀ ਸੇਵਾ ਇਹੀ ਲੱਗੀ ਹੈ ਕਿ ਪਰਥਾਏ ਸਾਖੀਆਂ ਅਤੇ ਗੁਰਮਤਿ ਸਿਧਾਂਤਾਂ ਨੂੰ ਅੱਡ-ਅੱਡ ਕਰਕੇ ਲਿਖਤੀ ਰੂਪ ਦੇਵੇ ਜੇ ਅੱਜ ਨਹੀਂ ਤਾਂ ਸ਼ਾਇਦ ਕਦੇ ਸਮਾਂ ਆ ਜਾਵੇ ਅਤੇ ਗੂੜੀ ਨੀਂਦ ਦੇ ਸੁੱਤੇ ਖਾਲਸੇ ਨੂੰ ਮੋੜ ਜਗਾਉਣ ਵਿੱਚ ਇਹ ਨਿਮਾਣਾ ਯਤਨ ਕੰਮ ਆ ਸਕੇ ਇਹ ਸਤਰਾਂ ਬਾਰ-ਬਾਰ ਲਿਖ ਕੇ ਦਾਸ ਪਾਠਕਾਂ ਦਾ ਧਿਆਨ ਉਸ ਸੱਚਵਲ ਦਿਵਾਨ ਦਾ ਯਤਨ ਕਰ ਰਿਹਾ ਹੈ ਜਿਸ ਸੱਚ ਨੂੰ ਗੁਰੂ ਦਾ ਸਿੱਖ ਬੜੀ ਤੇਜ਼ੀ ਨਾਲ ਵਿਸਾਰ ਦਾ ਤੁਰਿਆ ਜਾ ਰਿਹਾ ਹੈ ਭਾਈ ਰਣਧੀਰ ਸਿੰਘ ਜੀ ਦੇ ਵਰਤੇ ਹੋਏ ਕੁਝ ਹੋਰ ਗੁਰੂ ਆਕ ਉਹਨਾਂ ਦੀਆਂ ਦਲੀਲਾਂ ਦੇ ਸੰਖੇਪ ਨਮੂਨੇ ਸਹਿਤ ਵਿਚਾਰ ਲਈਏ ਪੁਸਤਕ ਦੇ 68 ਸਫੇ ਤੇ ਪ੍ਰਭੂ ਦੀ ਦਰਗਾ ਅਡਰੀ ਦੁਨੀਆ ਵਿੱਚ ਬਣੀ ਹੋਣ ਬਾਰੇ ਸ਼ੰਕਾ ਕਰਨ ਵਾਲਿਆਂ ਨੂੰ ਝੂਠੇ ਤੇ ਬਕਵਾਸੀ ਆਲ ਬੜੇ ਕਰੜੇ ਅਤੇ ਰੁਖੇ ਸ਼ਬਦਾਂ ਦੀ ਵਰਤੋਂ ਨਾਲ ਝਾੜਾ ਪਾ ਲੈਣ ਉਪਰੰਤ ਭਾਈ ਸਾਹਿਬ ਨੇ ਗੁਰਬਾਣੀ ਦੀ ਇਹ ਤੁਕ ਲਿਖੀ ਹੈ ਸਤਿਗੁਰ ਜਿਣੀ ਨਾ ਸੇਵਿਓ ਸੇ ਕਿਤ ਆਏ ਸੰਸਾਰ ਜੰਮ ਦਰ ਬੱਦੇ ਮਾਰਿਐ ਕੂਕ ਸੁਣੇ ਪੁਕਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੂ ਵਾਰ ਸ੍ਰੀ ਬਾਗ ਮਹੱਲਾ 3 ਪੰਨਾ 69 ਤੇ 70 ਇਸ ਤੋਂ ਅੱਗੇ ਭਾਈ ਸਾਹਿਬ ਲਿਖਦੇ ਹਨ ਕਿਸ ਗੁਰੂ ਆਕੰਦਰ ਇਹ ਸਚਾਈਆਂ ਦਰਸਾਈਆਂ ਗਈਆਂ ਹਨ ਨੰਬਰ 1 ਕਿ ਜਿਨ੍ਹਾਂ ਨੇ ਗੁਰੂ ਦਾ ਸੱਚਾ ਸਿੱਖ ਬਣ ਕੇ ਅਤੇ ਸਤਿਗੁਰ ਦਾ ਆਗਿਆਕਾਰੀ ਸੇਵਕ ਹੋਏ ਕੈ ਸਤਿਗੁਰ ਦੀ ਸੱਚੀ ਸਿਮਰਨ ਰੂਪੀ ਸੇਵਾ ਭਗਤੀ ਨਹੀਂ ਕੀਤੀ ਤਿਨਾਂ ਦਾ ਸੰਸਾਰ ਤੇ ਆਉਣਾ ਤੇ ਮਨੁੱਖਾ ਜੂਨ ਪਾਉਣਾ ਹੀ ਬਿਰਥਾ ਗਿਆ ਤਿਨਾਂ ਨੇ ਮਨੁੱਖਾ ਜਨਮ ਬਿਰਥਾ ਗਵਾਇਆ ਹੈ ਤਿਨਾਂ ਨੂੰ ਬਾਰੰਬਾਰ ਆਵਾ ਗੌਣ ਜੰਮਣ ਮਰਨ ਵਿੱਚ ਪੈਣਾ ਪਊ ਨੰਬਰ 3 ਤਿਨਾਂ ਨੂੰ ਹਾਰ ਦਰਗਾਹ ਢੋਈ ਨਹੀਂ ਮਿਲਣੀ ਨੰਬਰ 4 ਤਿੰਨਾਂ ਨੂੰ ਜ਼ਮਦਾਰ ਅੰਦਰ ਖੁوار ਹੋਣਾ ਪਵੇਗਾ ਉਹਨਾਂ ਨੂੰ ਬੰਨ ਕੇ ਉਹਨਾਂ ਦੀਆਂ ਮਸ਼ਕਾਂ ਕੱਸ ਕੇ ਜ਼ਮਦਾਰ ਵਿਖੇ ਲੈ ਜਾਇਆ ਜਾਊ ਜਿੱਥੇ ਉਹਨਾਂ ਨੂੰ ਐਸੀ ਮਾਰ ਪਵੇਗੀ ਕਿ ਜਾਏ ਤੌਬਾ ਕੀ ਕੂਕ ਪੁਕਾਰ ਰੋਏ ਰੋਏ ਬਲ ਲਾਏ ਬਲ ਲਾਏ ਕਿ ਕਰਨਗੇ ਤੇ ਦੁਹਾਈਆਂ ਦੇਣਗੇ ਪਰ ਤਿੰਨਾਂ ਦੀ ਕੂਕ ਪੁਕਾਰ ਕੋਈ ਨਾ ਸੁਣੇਗਾ ਦਾਸ ਨੇ ਪਹਿਲਾਂ ਕਈ ਵਾਰ ਲਿਖਿਆ ਹੈ ਕਿ ਗੁਰਬਾਣੀ ਦੇ ਕਿਸੇ ਅਧੀ ਟੋਕ ਨਾਲ ਵੀ ਗੁਰਮਤ ਦਾ ਸਿਧਾਂਤ ਸਪਸ਼ਟ ਹੁੰਦਾ ਹੋਵੇ ਤਾਂ ਅਧੀ ਤੋਕ ਵਾਲਾ ਹਵਾਲਾ ਦੇਣਾ ਵੀ ਛਲਾਗਾਜੋਗ ਮੰਨਿਆ ਜਾਵੇਗਾ ਪਰ ਜੇ ਕਿਸੇ ਤੋਕ ਦੇ ਅਰਥ ਸਮਝਣ ਵਿੱਚ ਗੁਰਮਤ ਦੇ ਸਿਧਾਂਤ ਦੇ ਕਿਸੇ ਵੀ ਪੱਖ ਦੀ ਖੰਡਣਾ ਦਾ ਸ਼ੱਕ ਭਵੇ ਤਾਂ ਫਿਰ ਪੂਰਾ ਗੁਰੂ ਸ਼ਬਦ ਵਿਚਾਰਨਾ ਜ਼ਰੂਰੀ ਹੈ ਅਤੇ ਇੱਕ ਸ਼ਬਦ ਤੋਂ ਵੀ ਤਸੱਲੀ ਨਾ ਹੋਵੇ ਤਾਂ ਉਸੇ ਵਿਸ਼ੇ ਦੇ ਹੋਰ ਸ਼ਬਦ ਵਿਚਾਰ ਕੇ ਠੀਕ ਸੇਧ ਲੈਣੀ ਚਾਹੀਦੀ ਹੈ ਭਾਈ ਸਾਹਿਬ ਨੇ ਗੁਰੂ ਸ਼ਬਦ ਵਿੱਚੋਂ ਉਹ ਤੋਕ ਚੁਣੀ ਹੈ ਜੇਸ ਤੋਂ ਉਹਨਾਂ ਨੇ ਆਪਣੀ ਮਤ ਨੂੰ ਗੁਰਮਤਿ ਸਿੱਧ ਕਰਨਾ ਸੀ ਬ੍ਰਾਹਮਣੀ ਵਿਸ਼ਵਾਸ ਵਾਲੇ ਮਨੁੱਖਾਂ ਨੂੰ ਸਚਾਈ ਦੇ ਮਾਰਗ ਤੇ ਚਲਾਉਣ ਦੀ ਯਤਨਾਂ ਵਿੱਚ ਸਤਿਗੁਰਾਂ ਨੇ ਬ੍ਰਾਹਮਣੀ ਸ਼ਬਦ ਵਰਤੇ ਹਨ ਗੁਰੂ ਸ਼ਬਦ ਦਾ ਆਸ਼ਾ ਇਹਨਾਂ ਅਰਥਾਂ ਵਾਲਾ ਨਹੀਂ ਜੋ ਭਾਈ ਸਾਹਿਬ ਨੇ ਕਰਮਵਾਰ ਲਿਖੇ ਹਨ ਪੂਰਾ ਗੁਰੂ ਸ਼ਬਦ ਵਿਚਾਰਨਾ ਜ਼ਰੂਰੀ ਸੀ ਰਹਾਉ ਦੀ ਤੱਕ ਆਮ ਤੌਰ ਤੇ ਸ਼ਬਦ ਦਾ ਅੰਤ ਰੀਵ ਭਾਵ ਹੁੰਦੀ ਹੈ ਜੋ ਇਸ ਪ੍ਰਕਾਰ ਹੈ ਮਨ ਰੇ ਸਤਗੁਰ ਸੇਵ ਨਿਸੰਗ ਸਤਗੁਰ ਸੇਵਿਆ ਹਰ ਮਨ ਵਸੈ ਲੱਗੇ ਨ ਮੈਲ ਪਤੰਗ ਪੰਨਾ 69 ਅਰਥ ਇਹ ਮੇਰੇ ਮਨ ਝਾਕਾ ਲਾ ਕੇ ਨਿਸੰਗ ਗੁਰੂ ਦੀ ਸ਼ਰਨ ਪਵ ਗੁਰੂ ਦੀ ਸ਼ਰਨ ਭਇਆ ਪਰਮਾਤਮਾ ਮਨ ਵਿੱਚ ਆ ਵਸਦਾ ਹੈ ਤੇ ਮਨ ਨੂੰ ਵਕਾਰਾਂ ਦੀ ਰਤਾ ਵੀ ਮੈਲ ਨਹੀਂ ਲੱਗਦੀ ਰਹਾਓ ਨੋਟ ਜੇ ਅਖਰੀ ਅਰਥ ਹੀ ਲੈਣੇ ਹੋਣ ਤਾਂ ਸਤਗੁਰਾਂ ਦਾ ਇਹ ਉਪਦੇਸ਼ ਦੂਜਿਆਂ ਲਈ ਨਹੀਂ ਸਭੋਂ ਉਹਨਾਂ ਨੇ ਆਪਣੇ ਹੀ ਮਨ ਨੂੰ ਦਿੱਤਾ ਮੰਨਿਆ ਜਾਵੇਗਾ ਰਹਾਉ ਦੀ ਤੁਕ ਸਮਝਾਉਂਦੀ ਹੈ ਕਿ ਇਸ ਗੁਰੂ ਸ਼ਬਦ ਦਾ ਭਾਵ ਮਨੁੱਖ ਨੂੰ ਸਚਿਆਰਾ ਬਣਾਉਂਦਾ ਹੈ ਗਰੁੜ ਪੁਰਾਣ ਵਿੱਚਲੇ ਜਮਦਰ ਦਾ ਡਰ ਪਾਉਣਾ ਗੁਰੂ ਸ਼ਬਦ ਦਾ ਭਾਵ ਨਹੀਂ ਹੈ ਬਾਕੀ ਦਾ ਗੁਰੂ ਸ਼ਬਦ ਇਸ ਪ੍ਰਕਾਰ ਹੈ ਸਤ ਗੁਰ ਸੇਵਿਆ ਮਨ ਨਿਰਮਲਾ ਭਏ ਪਵਿੱਤ ਸਰੀਰ ਮਨ ਅਨੰਦ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ ਪੰਨਾ 69 ਭਾਵ ਸਤਿਗੁਰਾਂ ਦੇ ਹੁਕਮ ਵਿੱਚ ਟਿਕੇ ਰਹਿਆਂ ਮਨ ਪਵਿੱਤਰ ਹੋ ਕੇ ਗਿਆਨ ਇੰਦਰੀ ਸਰੀਰ ਵਿਕਾਰਾਂ ਵੱਲੋਂ ਹਟ ਜਾਂਦੇ ਹਨ ਗੈਰ ਗੰਭੀਰ ਪ੍ਰਭੂ ਦਾ ਆਤਮਿਕ ਮਿਲਾਪ ਹੋ ਜਾਂਦਾ ਹੈ ਜਿਸ ਤੋਂ ਮਨ ਵਿੱਚ ਸਦੀਵੀ ਆਨੰਦ ਅਤੇ ਆਤਮਿਕ ਸੁਖ ਪ੍ਰਾਪਤ ਹੋ ਜਾਂਦਾ ਹੈ ਅਤੇ ਮਨ ਵਿੱਚ ਟਿਕਾਉ ਆ ਜਾਂਦਾ ਹੈ ਸੱਚੇ ਸ਼ਬਦ ਪਤ ਉਪਜੈ ਸੱਚੇ ਸਤਨਾਉ ਜਿੰਨੀ ਹਉਮੈ ਮਾਰ ਪਛਾਣਿਆ ਹਉ ਤਿੰਨ ਬਲਹਾਰੇ ਜਾਉ ਮਨਮੁਖ ਸੱਚ ਨ ਜਾਣਨੀ ਤਿੰਨ ਠੌਰ ਨਕਤ ਹੂੰ ਥਾਉ ਪੰਨਾ 69 ਭਾਵੇਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਆਪਣੇ ਅੰਦਰ ਹਉਮੈ ਮਾਰ ਲਈ ਹੈ ਅਤੇ ਪ੍ਰਭੂ ਦੇ ਨਾਮ ਨਾਲ ਜੁੜ ਕੇ ਸੰਸਾਰ ਵਿੱਚ ਅਤੇ ਪ੍ਰਭੂ ਦੀ ਹਜ਼ੂਰੀ ਵਿੱਚ ਇੱਜ਼ਤ ਬਣਾ ਲਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੋਖ ਗੁਰੂ ਅਤੇ ਪ੍ਰਭੂ ਦੋਵੇਂ ਥਾਂ ਗਵਾ ਕੇ ਨਿਥਾਵਿਆਂ ਬਾਗ ਭਟਕਦੇ ਫਿਰਦੇ ਸਦਾ ਅਸ਼ਾਂਤ ਚਿੱਤ ਰਹਿੰਦੇ ਹਨ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਹਲਾਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ ਪੰਨਾ 69 ਜਿਵੇਂ ਭਾਈ ਸਾਹਿਬ ਨੇ ਪੰਜਵੀਂ ਤੁਕ ਦੇ ਅਖਰੀ ਅਰਥ ਕਰਕੇ ਗਰੜ ਪੁਰਾਣ ਵਾਲੀ ਸਿੱਖਿਆ ਦਿੱਤੀ ਹੈ ਇਸ ਤੋਕ ਦੇ ਅਖਰੀ ਅਰਥ ਕੀ ਬਣਨਗੇ ਸਚਨਾ ਖਾਣ ਵਾਲੀ ਵਸਤੂ ਹੈ ਨਾ ਪਹਿਨਣ ਵਾਲੀ ਹੈ ਅਤੇ ਨਾ ਹੀ ਸਚਨਾ ਦਾ ਕੋਈ ਘਰ ਹੀ ਹੈ ਜਿਸ ਵਿੱਚ ਵਸੇਬਾ ਕੀਤਾ ਜਾ ਸਕੇ ਸੋ ਕਵਤਾ ਵਿੱਚ ਲਿਖੀ ਕਿਸੇ ਵੀ ਬਾਣੀ ਦੇ ਸਦਾ ਅਖਰੀ ਅਰਥ ਕਰੀ ਜਾਣੇ ਪੁੱਲ ਹੈ ਪੂਰੇ ਗ੍ਰੰਥ ਦੇ ਆਸ਼ੇ ਨੂੰ ਸਦਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤੋਕ ਦਾ ਭਾਵ ਉਹਨਾਂ ਮਨੁੱਖਾਂ ਨੇ ਪ੍ਰਭੂ ਦੇ ਨਾਮ ਨੂੰ ਆਤਮਿਕ ਖੁਰਾਕ ਅਤੇ ਆਦਰ ਸਤਕਾਰ ਪਾਉਣ ਵਾਲੀ ਪੁਸ਼ਾਪ ਵੀ ਨਾਮ ਨੂੰ ਬਣਾ ਲਏ ਜਿਨ੍ਹਾਂ ਦੀ ਸੁਰਤ ਸਦਾ ਪ੍ਰਭੂ ਵਿੱਚ ਜੁੜੀ ਰਹਿੰਦੀ ਹੈ ਸਤਿਗੁਰਾਂ ਦੀ ਮੱਤ ਤੇ ਤੁਰਨ ਵਾਲੇ ਉਹਨਾਂ ਮਨੁੱਖਾਂ ਦੀ ਸੁਰਤ ਅੰਤਰ ਆਤਮੇ ਟਿਕ ਜਾਂਦੀ ਹੈ ਅਤੇ ਉਹ ਹਰ ਥਾਂ ਵਸਦੇ ਪ੍ਰਭੂ ਨੂੰ ਪਛਾਣ ਲੈਂਦੇ ਹਨ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿੰਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਪੰਨਾ 69 ਜਿਹੜਾ ਮਨੁੱਖ ਹਰ ਥਾਂ ਪ੍ਰਭੂ ਨੂੰ ਹੀ ਵੇਖਦਾ ਹੈ ਸਦਾ ਥਿਰ ਪ੍ਰਭੂ ਹੀ ਜਿਸ ਨੂੰ ਬੋਲਦਾ ਦਿਸ ਰਿਹਾ ਉਸ ਦੇ ਗਿਆਨ ਇੰਦਰੇ ਮਾਇਆ ਦੇ ਹੱਲਿਆਂ ਵੱਲੋਂ ਅਤੇ ਉਸ ਦਾ ਮਨ ਵਿਕਾਰਾਂ ਦੇ ਹੱਲਿਆਂ ਵੱਲੋਂ ਅਡੋਲ ਹੋ ਜਾਂਦਾ ਹੈ ਉਸ ਲਈ ਉਪਦੇਸ਼ ਅਤੇ ਸਿੱਖਿਆ ਪ੍ਰਭੂ ਦਾ ਸਿਮਰਨ ਹੀ ਹੈ ਪ੍ਰਭੂ ਦਾ ਰੂਪ ਹੋ ਚੁੱਕੇ ਅਤੇ ਉਸ ਬੜ ਭਾਗੇ ਮਨੁੱਖ ਦੀ ਸ਼ੋਭਾ ਅਟਲ ਹੋ ਜਾਂਦੀ ਹੈ ਪਰ ਜਿਨ੍ਹਾਂ ਨੇ ਸੱਚ ਸਦਾ ਥਿਰ ਪ੍ਰਭੂ ਨੂੰ ਭੁਲਾਈ ਰੱਖਿਆ ਉਹ ਜ਼ਿੰਦਗੀ ਵਿੱਚ ਵੀ ਦੁਖੀ ਰਹੇ ਤੇ ਇਥੋਂ ਤੁਰੇ ਵੀ ਦੁਖੀ ਹੋ ਕੇ ਸਤਗੁਰੂ ਜਿਨੀ ਨਾ ਸੇਵਿਓ ਸੇ ਕੀਤਾ ਏ ਸੰਸਾਰ ਜਮਦਰ ਮਾਰਿਐ ਕੂਕ ਨਾ ਸੁਣੇ ਪੁਕਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਬਾਰੂ ਬਾਰ ਪੰਨਾ 69 ਜਿਨ੍ਹਾਂ ਨੇ ਸਤਗੁਰੂ ਦੀ ਦਸੀ ਸੇਵਾ ਭਗਤੀ ਨਾ ਕੀਤੀ ਉਹਨਾਂ ਦਾ ਸੰਸਾਰ ਵਿੱਚ ਆਉਣਾ ਵਿਅਰਥ ਗਿਆ ਜ਼ਿੰਦਗੀ ਵਿੱਚ ਉਹ ਆਤਮਿਕ ਤੌਰ ਤੇ ਇੰਨੇ ਦੁਖੀ ਰਹੇ ਮਾਨੋ ਜਮ ਦੇ ਬੁਹੇ ਤੇ ਬੱਜੇ ਮਾਰ ਖਾ ਰਹੇ ਹੋਣ ਉਸ ਆਤਮਕ ਦੁੱਖ ਵਿੱਚ ਉਹਨਾਂ ਦੀ ਕੋਕ ਪੁਕਾਰ ਕੌਣ ਸੁਣੇ ਅਜਹੇ ਮਨੁੱਖਾ ਦੁਰਲੱਭ ਮਨੁੱਖਾ ਜਨਮ ਵਿਅਰਥ ਗਵਾ ਕੇ ਫਿਰ ਜਨਮ ਮਰਨ ਦੇ ਗੇੜ ਵਿੱਚ ਪਈ ਰਹਿੰਦੇ ਹਨ ਜਮਾਂ ਦੀ ਮਾਰ ਦਾ ਜਿਹੜਾ ਡਰ ਲੋਕਾਂ ਨੇ ਕਬੂਲਿਆ ਹੋਇਆ ਸੀ ਸਤਗੁਰਾਂ ਨੇ ਆਤਮਕ ਦੁੱਖ ਦੀ ਤੁਲਨਾ ਜਮਾਂ ਦੀ ਮਾਰ ਨਾਲ ਕੀਤੀ ਹੈ ਜਿਸ ਆਤਮਾ ਦਾ ਸਰੀਰ దਰੀਰ ਕੋਈ ਨਹੀਂ ਹੈ ਜਿਹੜੀ ਆਤਮਾ ਅੱਖੀਆਂ ਨੂੰ ਨਜ਼ਰ ਹੀ ਨਹੀਂ ਆਉਂਦੀ ਉਸ ਨੂੰ ਮਾਰ ਪੈਣ ਦੀ ਗੱਲ ਬ੍ਰਾਹਮਣਵਾਦ ਹੈ ਜੀਵ ਆਤਮਾ ਨੂੰ ਸਜ਼ਾ ਦੇ ਰੂਪ ਵਿੱਚ ਪਸ਼ੂ ਦਾ ਦੁੱਖਦਾਈ ਸਰੀਰ ਮਿਲਦਾ ਹੈ ਗੁਰੂ ਬਾਣੀ ਦਾ ਫਰਮਾਨ ਹੈ ਚਾਰ ਪਾਮ ਦੋਏ ਸਿੰਘ ਗੁੰਗਮੁਖ ਤਦ ਕੈਸੇ ਗੁਣ ਗਈ ਹੈ ਊਠਤ ਬੈਠਕ ਠੇਂਗਾ ਪਰ ਹੈ ਤਦ ਕਤ ਮੂੰਡ ਲੁਕਈ ਹੈ ਹਰ ਦਿਨ ਬੈਲ ਬੇਰਾਨੇ ਹੋਈ ਹੈ ਫਾਟੇ ਨਾਕਨ ਟੂਟੇ ਕੰਧਨ ਕੋਦੂ ਕੋ ਪਾਸ ਖਾਈ ਹੈ ਰਹਾ ਸਾਰੋ ਦਿਨ ਡੋਲਤ ਬਨ ਮਹੀਆ ਅਜੂ ਪੇਟ ਅ ਗਈ ਹੈ ਜਨ ਭਗਤਨ ਕੋ ਕਹੋ ਨਾ ਮੰਨੋ ਕਿਉ ਆਪਨੋ ਪਈ ਹੈ ਦੁਖ ਸੁਖ ਕਰਤ ਮਹਾ ਭਰਮ ਬੂਡੋ ਅਨਕ ਜੋਨ ਪਰਮਈ ਹੈ ਰਤਨ ਜਨਮ ਖੋਇਓ ਪ੍ਰਭੂ ਬਿਸਰਿਓ ਇਹ ਔਸਰ ਕਤ ਪਈ ਹੈ ਪਰਮਤ ਫਿਰਤ ਤੇਲ ਕੇ ਕਪਿਉ ਗਤ ਬਿਨ ਰੈਨ ਬਹਈ ਹੈ ਕੈ ਹੈ ਤੋ ਕਬੀਰ RAM ਨਾਮ ਬਿਨ ਮੂਹੜ ਤੋਨੇ ਪਛਤਾਈ ਹੈ ਪੰਨਾ 524 ਜਿਸ ਨੇ ਨੇਕ ਬੰਦਿਆਂ ਦਾ ਕਿਹਾ ਕਦੇ ਨਾ ਮੰਨਿਆ ਅਤੇ ਤੇਲੀ ਦੇ ਬੌਲ ਅਤੇ ਮਦਾਰੀ ਦੇ ਹੱਥ ਚੜੇ ਬੰਦਰ ਵਾਂਗ ਭਟਕਦਿਆਂ ਰਹਿ ਕੇ ਵਿਕਾਰਾਂ ਤੋਂ ਖਲਾਸੀ ਨਾ ਪਾਈ ਅਤੇ ਮਨੁੱਖਾ ਜਨਮ ਦੀ ਜ਼ਿੰਦਗੀ ਰੂਪੀ ਰਾਤ ਐਵੇਂ ਹੀ ਬਤੀਤ ਕਰ ਲਈ ਆਖਰ ਸਿਰ ਮਾਰ ਮਾਰ ਕੇ ਪਛਤਾਇਆ ਕੁਝ ਨਹੀਂ ਬਣਦਾ ਅਜੇ ਆਪ ਉਦਰੇ ਸਾਖਤ ਦੇ ਅੰਦਰਲੇ ਤਖਤ ਤੇ ਬੈਠੇ ਰਾਜੇ ਵੱਲੋਂ ਉਸ ਦੇ ਕਰਮਾਂ ਅਤੇ ਵਿਚਾਰਾਂ ਅਨੁਸਾਰ ਪਹਿਲਾਂ ਹੀ ਨਿਆਂ ਹੋ ਚੁੱਕਾ ਹੁੰਦਾ ਹੈ ਅੰਦਰ ਰਾਜਾ ਤਖਤ ਆਪੇ ਕਰੇ ਨਿਆਂ ਗੁਰ ਸ਼ਬਦੀ ਨਾਲ ਜਾਣੀਏ ਅੰਦਰ ਮਹਿਲ ਅਸਰਾ खरे ਮਨੋਖ ਦੀ ਪਰਖ ਕਰਕੇ ਉਸ ਦੀ ਆਤਮਾ ਨੂੰ ਆਪਣੇ ਵਿੱਚ ਲੀਨ ਕਰ ਲਿਆ ਹੁੰਦਾ ਹੈ ਅਤੇ ਖੋਟਿਆਂ ਲਈ ਸੱਚ ਨਿਆਂ ਕਰਨ ਵਾਲੇ ਰਾਜੇ ਦੇ ਦਰਬਾਰ ਵਿੱਚ ਕੋਈ ਥਾਂ ਨਹੀਂ ਹੁੰਦੀ ਖਰੇ ਪਰਖ ਖਜ਼ਾਨੇ ਪਾਈਆਂ ਖੋਟਿਆਂ ਨਾਹੀ ਥਾਉ ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆਉ ਪੰਨਾ 192 ਕੋਟੇ ਮਨੁੱਖ ਨੂੰ ਬਾਹਰ ਦੇ ਜਨਮ ਮਰਨ ਚੱਕਰ ਵੱਲ ਵਗਾ ਮਾਰਿਆ ਹੁੰਦਾ ਹੈ ਅਜਿਹੇ ਮਨੁੱਖ ਲਈ ਜਮਾ ਦੀ ਮਾਰ ਇਹ ਹੈ ਕਿ ਪਸ਼ੂ ਬਣੇ ਹੋਏ ਨੂੰ ਉੱਠਦੇ ਬੈਠਦੇ ਨੂੰ ਸੋਟਿਆਂ ਡਾਂਗਾ ਦੀ ਮਾਰ ਪੈ ਰਹੀ ਹੈ ਭਾਰ ਖਿੱਚ ਖਿੱਚ ਕੇ ਕੰਨ ਟੁੱਟ ਕੇ ਸੋਜ ਚੁਕਾ ਸਖਤ ਦਰਦ ਕਰ ਰਿਹਾ ਹੈ ਪਰ ਉਸੇ ਹਾਲਤ ਵਿੱਚ ਜੂਲੇ ਵਿੱਚ ਧੌਣ ਦੇ ਕੇ ਡਾਂਗਾ ਦੀ ਛਾਵੇਂ ਖਿਚਾਈ ਕਰਨੀ ਪੈ ਰਹੀ ਹੈ ਜਿੱਥੇ ਨੱਥ ਪਈ ਹੋਈ ਸੀ ਉਹ ਨੱਕ ਪਾਟ ਗਿਆ ਹੈ ਜ਼ਖਮ ਵਿੱਚੋਂ ਲਹੂ ਵਗ ਰਿਹਾ ਹੈ ਖਾਣ ਨੂੰ ਕੋਧਰੇ ਦਾ ਘੂਸਾ ਮਿਲਦਾ ਹੈ ਸਾਰਾ ਦਿਨ ਹਾਲੀ ਸੁਹਾਗੇ ਗੱਡੇ ਕੋਲੂ ਅੱਗੇ ਵਗਦਾ ਹੈ ਫਿਰ ਚੋਗਣ ਲਈ ਬਾਨ ਵਿੱਚ ਛੱਡ ਦਿੱਤਾ ਜਾਂਦਾ ਜਿੱਥੇ ਮੱਖੀਆਂ ਅਤੇ ਕਾਂ ਤੰਗ ਕਰ ਰਹੇ ਹੁੰਦੇ ਹਨ ਸਾਰਾ ਦਿਨ ਭਟਕਦਾ ਰਿਹਾ ਪਰ ਢਿੱਡ ਨਾ ਭਰ ਸਕਿਆ ਅਜਿਹਾਂ ਕਈ ਜੂਨਾ ਵਿੱਚ ਭਰਮ ਦਾ ਦੁੱਖ ਪਾਉਂਦਾ ਹੈ ਗੁਰਮਤਿ ਅਨੁਸਾਰ ਇਹੀ ਹੈ ਜਮ ਮਾਰਗ ਅਤੇ ਇਹੀ ਹੈ ਜਮਾਂ ਦੀ ਮਾਰ ਇਹ ਜਗ ਚਲਤਾ ਦੇਖ ਕੇ ਭੱਜ ਪਏ ਸਤਿਗੁਰ ਸ਼ਰਣਾ ਸਤਿਗੁਰ ਸੱਚ ਦਿੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਿთა ਸ਼ਬਦੇ ਭਗਤ ਜਲ ਤਰਨਾ ਪੰਨਾ 77 ਜਿਹੜੇ ਮਨੁੱਖ ਇਸ ਜਗਤ ਨੂੰ ਵਿਕਾਰਾਂ ਦੀ ਤਪਸ਼ ਵਿੱਚ ਸੜਦਾ ਵੇਖ ਕੇ ਛੇਤੀ ਨਾਲ ਗੁਰੂ ਦੀ ਸ਼ਰਨ ਜਾ ਪਏ ਗੁਰੂ ਨੇ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਾ ਦਿੱਤਾ ਉਹਨਾਂ ਦੀ ਜੀਵਨ ਯੁਗਤ ਸਵਾਰ ਦਿੱਤੀ ਗੁਰੂ ਸਦਾ ਕਾਇਮ ਰਹਿਣ ਵਾਲਾ ਜਹਾਜ਼ ਹੈ ਜਿਸ ਦੀ ਸਿੱਖਿਆ ਮਨੁੱਖ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਲੈਂਦੀ ਹੈ ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੂਨੀ ਥਕੇ ਦੂਜੇ ਭਾਏ ਪਤਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨ ਕੋਈ ਪੰਨਾ 70 ਜੁਨਾ ਦੀ ਗਿਣਤੀ 84 ਲੱਖ ਹੋਣ ਦਾ ਭਰਮ ਬ੍ਰਾਹਮਣੀ ਗ੍ਰੰਥਾਂ ਤੋਂ ਹੀ ਪਿਆ ਹੈ ਸਾਂਝੀ ਸਗਲ ਜਹਾਨੇ ਪਰਥਾਏ ਸਾਖੀ ਬੋਲਣ ਵਾਲੇ ਸਤਿਗੁਰਾਂ ਦਾ ਫਰਮਾਨ ਹੈ ਕਿ ਜਿਹੜੇ ਗੁਰੂ ਦੀ ਸ਼ਰਨ ਤੋਂ ਵਾਂਝੇ ਰਹੇ ਉਹ 84 ਲੱਖ ਭਾਵ ਬੇਅੰਤ ਜੁਨਾ ਦੇ ਢੇਡ ਵਿੱਚ ਭਟਕਦੇ ਹਨ ਗੁਰੂ ਤੋਂ ਬਿਨਾਂ ਇਸ ਢੇਡ ਵਿੱਚੋਂ ਖਲਾਸੀ ਨਹੀਂ ਮਿਲਦੀ ਪਰ ਮਾਂ ਦੇ ਜਨਮਦਾਤਾ ਪੰਡਤ ਲੋਕ 베ਦ ਸ਼ਾਸਤਰਾਂ ਆਦਿਕ ਧਰਮ ਪੁਸਤਕਾਂ ਨੂੰ ਪੜ ਪੜ ਕੇ ਥੱਕ ਗਏ ਮੋਨ ਧਾਰੀ ਸਾਧੂ ਸਮਾਧੀਆਂ ਲਾ ਲਾ ਕੇ ਥੱਕ ਗਏ ਗੁਰੂ ਦੀ ਸ਼ਰਨ ਤੋਂ ਬਿਨਾ 84 ਦੇ ਗੇੜ ਤੋਂ ਖਲਾਸੀ ਤਾਂ ਪ੍ਰਾਪਤ ਕੀ ਕਰਨੀ ਸੀ ਉਹਨਾਂ ਨੇ ਸਗੋਂ ਪ੍ਰਭੂ ਤੋਂ ਬਿਨਾ ਹੋਰ ਪਿਆਰ ਵਿੱਚ ਪੈ ਕੇ ਆਪਣੀ ਇੱਜ਼ਤ ਗਵਾ ਲਈ ਗੁਰੂ ਦੇ ਸ਼ਬਦ ਗਿਆਨ ਤੋਂ ਹੀ ਨਿਸ਼ਚਾ ਵੱਜਦਾ ਹੈ ਕਿ ਜੀਵਾਂ ਦਾ ਰਾਖਾ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿਨਾਂ ਨਿਜ ਘਰ ਵਾਸਾ ਪਾਇਆ ਸੱਚੇ ਮਹਿਲ ਰਹਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ ਪੰਨਾ 70 ਜਿਨ੍ਹਾਂ ਜੀਵਾਂ ਨੂੰ ਸਦਾ ਥਿਰ ਪ੍ਰਭੂ ਨੇ ਆਪਣੀ ਯਾਦ ਵਿੱਚ ਜੋੜਿਆ ਉਹੀ ਸਦਾ ਥਿਰ ਪਰਮਾਤਮਾ ਦੇ ਨਾਮ ਵਿੱਚ ਲੱਗ ਗਏ ਇਹ ਸਦਾ ਨਾਲ ਨਿਭਣ ਵਾਲੀ ਕਾਰ ਕਰਦੇ ਹਨ ਉਹਨਾਂ ਬੰਦਿਆਂ ਨੇ ਮਾਇਆ ਦੀ ਭਟਕਣਾ ਤੋਂ ਬਚ ਕੇ ਅੰਤਰ ਆਤਮਿਕ ਟਿਕਾਣਾ ਪ੍ਰਾਪਤ ਕਰ ਲਿਆ ਉਹ ਬੰਦੇ ਅੰਦਰੇ ਵਾਸਤੇ ਪ੍ਰਭੂ ਦੀ ਹਜ਼ੂਰੀ ਵਿੱਚ ਹੀ ਸਦਾ ਰਹਿੰਦੇ ਹਨ ਇਹ ਹੈ ਪੂਰੇ ਗੁਰੂ ਸ਼ਬਦ ਦੀ ਵਿਚਾਰ ਜਿਸ ਤੋਂ ਜਮਾਂ ਦੀ ਮਾਰ ਅਤੇ ਅਗਲੀ ਦਰਗਾਹ ਵਿੱਚ ਮਿਲਦੀ ਢੋਈ ਦੀ ਅਸਲੀਅਤ ਦਾ ਪਤਾ ਲੱਗਦਾ ਹੈ ਭਾਈ ਸਾਹਿਬ ਨੇ ਪਤਾ ਨਹੀਂ ਕਿਸ ਆਸ਼ੇ ਨਾਲ ਅਜਿਹੇ ਕੋਝਾ ਯਤਨ ਕੀਤਾ ਹੈ ਇਸੇ ਤਰ੍ਹਾਂ ਕਈ ਸ਼ਬਦਾਂ ਦੁਆਰਾ ਅਗਲੀ ਦੁਨੀਆ अथवा ਪਿੱਤਰ ਲੋਗ ਦਾ ਭਰਮ ਪਾਉਣ ਲਈ ਅੱਡ ਅੱਡ ਲਫ਼ਜ਼ਾਂ ਵਾਲੀਆਂ ਗੁਰਬਾਣੀ ਟੋਕਾਂ ਦੀ ਵਰਤੋਂ ਦਾ ਵੇਰਵਾ ਨਮੂਨੇ ਮਾਤਰ ਇਸ ਪ੍ਰਕਾਰ ਹੈ ਭਾਗੂੜਾ ਅੱਗੇ ਗਿਆ ਜਾਣੀਏ ਵਿਣ ਨਾਵੇਂ ਵੇਕਾਰ ਸ੍ਰੀ ਰਾਮ ਮਹੱਲਾ ਪਹਿਲਾ ਪੰਨਾ 16 ਅਨ ਡਿੱਠੀ ਦੁਨੀਆ ਸਫਾ 56 ਅੱਗੇ ਗਿਆ ਦਾ ਅਰਥ ਗੁਰਮਤ ਅਨੁਸਾਰ ਕੋਈ ਅਗਲੀ ਦੁਨੀਆ ਨਹੀਂ ਹੈ ਮੌਤ अथवा ਮਰਨ ਉਪਰੰਤ ਦੀ ਹਾਲਤ ਵੱਲ ਇਸ਼ਾਰਾ ਹੈ ਭਾਗੜਾ ਜਿਨਨੀ ਸਤਗੁਰ ਸੇਵਿਆ ਤਿੰਨ ਅੱਗੇ ਮਿਲਿਆ ਥਾਂ ਭਾਗੀੜੀ ਸ਼ਬਦ ਵਿਸਾਰਨ ਤਿੰਨਾ ਠੌਰ ਨਾ ਠਾਓ ਭ੍ਰਮ ਭੂਲੇ ਨਿਉ ਸੋਨਿਆ ਕਰਕਾਓ ਹਲਤ ਪਲਤ ਤਿੰਨੀ ਦੋਹੇ ਗਵਾਏ ਦੁਖੇ ਦੁਖ ਵਿਹਾਵਣ ਆ ਮਾਜ ਮਹੱਲਾ ਤੀਜਾ ਪੰਨਾ 123 ਹਲਤ ਇਹ ਲੋਕ ਪਲਤ ਅਗਲੀ ਦੁਨੀਆ ਭਾਵ ਮਰਨ ਤੋਂ ਮਗਰੋਂ ਮਿਲਣ ਵਾਲੀ ਥਾਂ ਇੱਕ ਥਾਂ ਪ੍ਰਭੂ ਸ਼ਕਤੀ ਵਿੱਚ ਲੀਨਤਾ ਉਸ ਵਿੱਚ ਸਮਾ ਜਾਣ ਦੀ ਥਾਂ ਗੁਣ ਕਹਿ ਗੁਣੀ ਸੰਭਾਵਣ ਆ ਪੰਨਾ 122 ਵਾਲੀ ਥਾਂ ਅਤੇ ਦੂਜੀ ਜਨਮ ਮਰਨ ਦੇ ਗੇੜ ਵਿੱਚ ਪੈ ਜਾਣ ਵਾਲੀ ਥਾਂ ਬੇਅੰਤ ਜੂਨਾ ਵਿੱਚ ਪਏ ਰਹਿਣ ਵਾਲੀ ਹਾਲ ਦੀ ਥਾਂ ਤੀਸਰੀ ਕਿਸੇ ਥਾਂ ਬਾਰੇ ਵਿਚਾਰ ਪਰਮ ਹਨ ਇਹੋ ਹੀ ਹੈ ਇਂਹਾ ਖਾੜ ਚਲੋ ਹਰ ਲਾਹਾ ਅੱਗੇ ਬਸ ਨੂੰ ਸੁਹਿਲਾ ਸੁਹਿਲਾ ਅੱਗੇ ਪਰਮ ਠੰਡ ਵਿੱਚ ਸਮਾਜ ਆਉਣ ਵਾਲੀ ਠੰਡ ਤੇ ਸੁਖ ਵਾਲੀ ਥਾਂ ਭਾਗ ਸਸਾ ਨਰੰਕਾਰ ਦੇ ਦੇਸ ਜਾਹੀਂ ਤਾਂ ਸੁਖ ਲਹੇ ਮਹਲ ਸੋਠ ਮਹੱਲਾ ਪਹਿਲਾ ਘਰ ਪਹਿਲਾ ਪੰਨਾ 585 ਅਣਡਿੱਠੀ ਦੁਨੀਆ ਸਫਾ 88 ਇਸ ਗੁਰ ਬਾਗ ਤੋਂ ਵੀ ਅਗਲੀ ਦਰਗਾਹ ਵਾਲਾ ਭਰੋਸਾ ਦੇਣਾ ਠੀਕ ਨਹੀਂ ਨਰੰਕਾਰ ਦੇ ਦੇਸ ਵਿੱਚ ਜਿਉਂਦਿਆਂ ਹੀ ਪੂਜਣਾ ਹੈ ਮਰ ਕੇ ਉਸੇ ਵਿੱਚ ਜਾ ਟਿਕਣਾ ਹੈ ਪ੍ਰਭੂ ਨੂੰ ਲੱਭਣਾ ਅੰਦਰੋਂ ਹੀ ਹੈ ਉਸ ਵਿੱਚ ਸਦਾ ਲਈ ਸਮਾ ਜਾਣ ਵਾਲੀ ਹਾਲਤ ਮਰਨ ਉਪਰੰਤ ਆਪਣੀ ਆਪ ਹੀ ਪ੍ਰਾਪਤ ਹੋ ਜਾਣੀ ਹੈ ਹਾ ਹਾ ਕਿਰਪਾ ਸਿੰਧ ਸੇਵ ਸੱਚ ਪਾਈਐ ਦੋਵੇਂ ਸੋਹੇਲੇ ਲੋਕ ਤਨਾਸਰੀ ਮਹੱਲਾ ਪੰਜਮਾ ਪੰਨਾ 682 ਅਣ ਡਿਠੀ ਦੁਨੀਆ ਸਫਾ 94 ਇਸ ਗੁਰੂ ਬਾਗ ਦੀ ਵਰਤੋਂ ਤੋਂ ਵੀ ਕਿਸੇ ਅੱਡੇ ਬ੍ਰਾਹਮਣੀ ਸੋਚ ਵਾਲੇ ਲੋਕ ਦਾ ਪਰਮ ਪੱਕਾ ਕਾਰਨਾ ਬ੍ਰਾਹਮਣਵਾਦ ਹੈ ਪ੍ਰਭੂ ਵਿੱਚ ਲੀਨਤਾ ਵਾਲੀ ਹਾਲਤ ਆਤਮਾ ਦਾ ਨਿਜਕਰ ਅਥਵਾ ਅਸਲੀ ਲੋਕ ਹੈ ਇਹ ਸੰਸਾਰ ਸਾਡਾ ਪਰੌਣਾ ਘਰ ਹੈ ਇਸ ਲੋਕ ਦੇ ਅਸੀਂ ਮਹਿਮਾਨ ਹਾਂ ਸਦੀਵੀ ਵਾਸੀ ਵਾਲਾ ਅਸਲੀ ਲੋਕ ਪ੍ਰਭੂ ਵਿੱਚ ਲੀਨਤਾ ਹੈ ਇਹੀ ਹੈ ਹਲਤ ਨਾ ਸ਼ੋਭਾ ਪਲਤ ਨਾ ਢੋਈ ਜੇ ਮਨੁੱਖਾ ਦੇ ਵਿੱਚੋਂ ਪ੍ਰਭੂ ਪ੍ਰਾਪਤੀ ਨਾ ਹੋਈ ਤਾਂ ਮਰਨ ਉਪਰੰਤ ਭਾਗਾਂ ਵਿੱਚ 84 ਦਾ ਚੱਕਰ ਹੀ ਹੈ ਫਿਰ ਪ੍ਰਭੂ ਦੇ ਗੁਣ ਗਾਉਣ ਦਾ ਸਮਾਂ ਨਹੀਂ ਮਿਲਣਾ ਕਿਉਂਕਿ ਫਿਰ ਤਾਂ ਚਾਰ ਪਾਮ ਦੋਏ ਸਿੰਘ ਗੋਂਗ ਮੁਖ ਤਬ ਕੈਸੇ ਗੁਣ ਗਈ ਹੈ ਫਿਰ ਤਾਂ ਭਾਈ ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਾਈ ਹੈ ਪੰਨਾ 524 ਵਾਲੀ ਹਾਲਤ ਬਣ ਗਈ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਦੀ ਅਟਲਤਾ ਵਿਗਾੜ ਕੇ ਵਿਪਰਨ ਦੀ ਰੀਤ ਦੇ ਵਿਵਰਜਿਤ ਪ੍ਰਚਾਰ ਨੂੰ ਗੁਰਮਤ ਸਿੱਧ ਕਰਨਾ ਮੂਰਖਤਾਈ ਹੈ ਜੋ ਗੁਰੂ ਨਾਨਕ ਜੀ ਨੇ ਮਿਹਰ ਕਰਕੇ ਲਿਖਾਇਆ ਦਾਸ ਨੇ ਲਿਖ ਦਿੱਤਾ ਇਹ ਗੱਲ ਤ੍ਰੈਕਾਲ ਸਤ ਹੈ ਕਿ ਜਿਸ ਗੁਰੂ ਦੇ ਸਿਧਾਂਤ ਆਪਣੇ ਆਪ ਨੂੰ ਹੀ ਘਟ ਰਹੇ ਹੋਣ ਜਿਸ ਗੁਰੂ ਦਾ ਕੋਈ ਇੱਕ ਪੱਕਾ ਸਿਧਾਂਤ ਨਹੀਂ ਕਿ ਜਿਸ ਗੁਰੂ ਦਾ ਗਿਆਨ ਮਨੁੱਖ ਨੂੰ ਕੋਈ ਇੱਕ ਸਪਸ਼ਟ ਸੇਧ ਨਹੀਂ ਦੇ ਸਕਦਾ ਉਸ ਗੁਰੂ ਦੇ ਚੇਲਿਆਂ ਵਿੱਚ ਇਤਿਫਾਕ ਪਰਸਪਰ ਸੱਚਾ ਪਿਆਰ ਕਦੇ ਨਹੀਂ ਬਣ ਸਕਦਾ ਅਜਿਹੇ ਗੁਰੂ ਦੇ ਸਿੱਖ ਆਪਸ ਵਿੱਚ ਲੜਦੇ ਝਗੜਦੇ ਰਹਿ ਕੇ ਸਦਾ ਖੁਵਾਰ ਹੁੰਦੇ ਰਹਿੰਦੇ ਹਨ ਸੁਆਰਥ ਸਿੱਧੀ ਗ੍ਰਸੀ ਸੋਚ ਦੀ ਉਪਜ ਬ੍ਰਾਹਮਣੀ ਗਿਆਨ ਨੇ ਹਿੰਦੂ ਕੌਮ ਵਿੱਚ ਸੈਂਕੜੇ ਫਿਰਕੇ ਬਣਾਏ ਹਨ ਗੁਰਮਤਿ ਸਿਧਾਂਤ ਦੀ ਖੰਡਨਾ ਕਰ ਲੈਣ ਦੀ ਰੁਚੀ ਦੇ ਕਾਰਨ ਇਹੀ ਹਾਲਤ ਸਿੱਖ ਧਰਮ ਦੀ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬੀ ਦਾ ਪੱਕਾ ਅਟੱਲ ਸਿਧਾਂਤ ਹੈ ਉਹਨਾਂ ਨੇ ਵੱਖ-ਵੱਖ ਸਮਿਆਂ ਤੇ ਅੱਡ-ਅੱਡ ਧਰਮ ਵਾਲਿਆਂ ਨੂੰ ਗਿਆਨ ਬਖਸ਼ਿਸ਼ ਕਰਦਿਆਂ ਉਪਦੇਸ਼ ਰੂਪੀ ਬਾਣੀ ਉਚਾਰੀ ਹੈ ਕਵਿਤਾ ਦੇ ਰੂਪ ਵਿੱਚ ਹੋਣ ਕਰਕੇ ਗੁਰਮਤਿ ਗਿਆਨ ਸਮਝਣ ਲਈ ਬਹੁਤ ਸਾਵਧਾਨੀ ਇਕਾਗਰਤਾ ਅਤੇ ਨਿਰੰਤਰ ਲਗਨ ਵਾਲੀ ਸਾਧਨਾ ਦੀ ਲੋੜ ਹੈ ਬਾਜ਼ਾਰ ਵਿੱਚ ਮਿਲਦੀ ਸਸਤੀ ਸ਼ੈ ਬੇਕਦਰੀ ਹੁੰਦੀ ਹੈ ਅਤੇ ਮਹਿੰਗੀ ਵਸਤੂ ਕਦਰ ਪੁਵਾਰੀ ਹੁੰਦੀ ਇਸੇ ਤਰ੍ਹਾਂ ਸਸਤੇ ਭਾਅ ਮਿਲੇ ਗਿਆਨ ਦੀ ਕਦਰ ਵੀ ਘੱਟ ਹੁੰਦੀ ਹੈ ਗੁਰਬਾਣੀ ਗਿਆਨ ਨਿਰਮੋਲ ਕੀਰ ਹੈ ਸਸਤੇ ਭਾਅ ਹੱਥ ਕਿਵੇਂ ਲੱਗੇ ਬਾਰ-ਬਾਰ ਵਿਚਾਰਨ ਦੀ ਲੋੜ ਹੈ ਇੱਕੋ ਗੱਲ ਨੂੰ ਕਈ ਵਾਰ ਵਿਚਾਰੀਏ ਤਦ ਅਸਲੀਅਤ ਦੀ ਸਮਝ ਪੈਂਦੀ ਹੈ ਪਰ ਵਿਪਰਨ ਦੀਆਂ ਲਿਖਤਾਂ ਦਾ ਅਸਰ ਕਬੂਲਿਆ ਹੋਣ ਦੇ ਕਾਰਨ ਅਸੀਂ ਕਾਲੀ ਵਿੱਚ ਆਪ ਹੀ ਪਾਵਨ ਗੁਰਬਾਣੀ ਦੇ ਪੱਕੇ ਸਿਧਾਂਤ ਦੀ ਖੰਡਣਾ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਜੀ ਸੰਸਾਰ ਵਿੱਚ ਆਏ ਪਹਿਲੇ ਅਤੇ ਆਖਰੀ ਮਹਾਂਪੁਰਖ ਹਨ ਜਿਨ੍ਹਾਂ ਨੇ ਪ੍ਰਭੂ ਦਾ ਦਰਬਾਰ ਹਰੇਕ ਮਨੁੱਖ ਦੇ ਹਿਰਦੇ ਵਿੱਚ ਲਗਾਇਆ ਫਰਮਾਨ ਕੀਤਾ ਹੈ ਗੁਰੂ ਨਾਨਕ ਜੀ ਅਨੁਸਾਰ ਸਾਰੀ ਸਿਰਜਣਾ ਰੂਪ ਦਰਬਾਰ ਪ੍ਰਭੂ ਦਾ ਦੀਵਾਨੇ ਆਮ ਹੈ ਪਰ ਜੀਵਾਂ ਦੇ ਕਰਮਾ ਅਨੁਸਾਰ ਫਾਲ ਦੇਣ ਵਾਲਾ ਪ੍ਰਭੂ ਦਾ ਦੂਜਾ ਦਰਬਾਰ دیਵਾਨੇ ਖਾਸ ਮਨੁੱਖ ਦਾ ਹਿਰਦਾ ਹੈ ਸਤਗੁਰੂ ਜੀ ਦਾ ਇਸ਼ਾਰੇ ਮਾਤਰ ਹੁਕਮ ਗੁਰਮੁਖ ਲਈ ਆਕਾਸ਼ ਬਾਣੀ अथवा ਰੱਬੀ ਫਰਮਾਨ ਹੋਣਾ ਚਾਹੀਦਾ ਪਰ ਸਿੱਖ ਪੰਥ ਦੀ ਸਮੱਸਿਆ ਇਹ ਹੈ ਕਿ ਇਸ ਦੇ ਸਰਬ ਉੱਚ ਪਦਵੀ ਵਾਲੇ ਜਥੇਦਾਰ ਨੇ ਕਿਸੇ ਲਖਾਰੀ ਦੀ ਲਿਖਤ ਗੁਰਬਾਣੀ ਸਿਧਾਂਤ ਦੀ ਕਸਵੱਟੀ ਤੇ ਪਰਖ ਕੇ ਕੋਈ ਸਿਹਤ ਪੱਤਰ ਜਾਰੀ ਕਦੇ ਨਹੀਂ ਕੀਤਾ ਜਿਸ ਦਾ ਸਿਟਾਏ ਹੈ ਕਿ ਗੁਰਬਾਣੀ ਸਿਧਾਂਤ ਨੂੰ ਸਮਝ ਕੇ ਉਸ ਨੂੰ ਸਪਸ਼ਟ ਕਰਨ ਦੀ ਥਾਂ ਆਪਣੀ ਸਮਝ ਨਾਲ ਬਣਾਏ ਵਿਚਾਰ ਨੂੰ ਗੁਰਮਤ ਸਿੱਧ ਕਰਨ ਲਈ ਗੁਰਬਾਣੀ ਪਰਮਾਨੰਦੀ ਗਲਤ ਵਰਤੋਂ ਵਾਲੀਆਂ ਪੁਸਤਕਾਂ ਬਾਜ਼ਾਰ ਵਿੱਚ ਆਮ ਵਿਕਣ ਲੱਗ ਪਈਆਂ ਜਿਹੜਾ ਵਿਚਾਰ ਗੁਰਮਤ ਦੀ ਖੰਡਨਾ ਕਰਨ ਵਾਲੇ ਹਨ ਜਿਨ੍ਹਾਂ ਵਿਚਾਰਾਂ ਨੇ ਪੰਥ ਨੂੰ ਬ੍ਰਾਹਮਣ ਦੀ ਝੋਲੀ ਵਿੱਚ ਪਾਉਣਾ ਸੀ ਅਜਿਹੇ ਪੰਥ ਵਿਰੋਧੀ ਵਿਚਾਰ ਗੁਰਮਤ ਸਮਝੇ ਅਤੇ ਸਤਕਾਰੇ ਜਾਣ ਲੱਗ ਪਏ ਹਨ ਭਾਵ ਗੁਰਮਤ ਵਿਰੋਧੀ ब्राह्मणी विचार सिख पंथ विच गुरमत पदवी दे मालिक बन रहे हन चित्रगुप्त धर्मराज जम भूत प्रेत पितर लोक जम मार्ग असमानी वास दा ब्राह्मणी मत वाला प्रभु दा दरबार अथवा अगली दरगा आदि अड्री होंद नु सिद्ध करने ਲਈ अण डिट्ठी दुनिया प्रसिद्ध हो गई कई गुरु सिखा ने इस अड्री दुनिया नाल जुड़े धर्म नु गुरमत मान लिया हुया है उस धर्म पुलेखिए नु दूर कर लेई ਗੁਰਮਤ ਦੇ ਹਰ ਪੱਖ ਨੂੰ ਲਿਖਣ ਦਾ ਯਤਨ ਕਰਨਾ ਪੈ ਰਿਹਾ ਨਹੀਂ ਤਾਂ ਉਪਰੋਕਤ ਗੁਰਮਤ ਸਿਧਾਂਤ ਦੋ ਸਫਿਆਂ ਤੇ ਲਿਖਿਆ ਜਾ ਸਕਦਾ ਸੀ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 6 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 6ਵੇਂ ਕਾਂਡ ਦਾ 8ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ